हाँ जी, सत श्री अकाल पंजाबियो। अज गल करनी है पुलिस दे ते सरकार दे एक नवे चाढ़े हुए चंद बारे, नवे कारनामे बारे। वैसे रोज आप देखते हैं कि नित नवे यह कारनामे करती है सरकार। अजीबो गरीब हरकत ने इस सरकार दियां ते पंजाब पुलिस दे कारनामे दा तुसीं पहले ही सुनते रहे हो कि बड़िया कहानियां घड़न दे विच मशहूर है पंजाब पुलिस। नवी कहानी जिहड़ी पंजाब पुलिस ने घड़ी है, पहला वो सुन लो, FIR सुन लो, फिर आप सारी गल सांझी करांगे। मुकदमा दर्ज होया जी थाना कोटफट्टा जिला बठिंडा दे विच। मुकदमा हैगा जी 451-323 427-120-20। ਇਹ ਥਾਣਾ ਕੋਟਪੱਤਾ ਜ਼ਿਲ੍ਹਾ ਬਠਿੰਡਾ ਦਾ ਮੁਕੱਦਮਾ ਤੁਹਾਨੂੰ ਮੈਂ FIR ਸੁਣਾਉਣ ਲੱਗਿਆ। ਮੇਰਾ ਵੀਰ ਧਿਆਨ ਨਾਲ ਸੁਣਿਓ ਕਿ ਪੁਲਿਸ ਕਿਵੇਂ ਧੱਕਾ ਜਿਹੜਾ ਨਜਾਇਜ਼ ਲੋਕਾਂ ਨਾਲ ਕਰ ਰਹੀ ਹੈ ਨਾ ਪੰਜਾਬ ਪੁਲਿਸ। ਇਸ਼ਾਰੇ ਕਿਹਦੇ ਨੇ? ਇਸ਼ਾਰੇ ਇੱਥੋਂ ਦੀਆਂ ਸਰਕਾਰਾਂ ਦੇ, ਇੱਥੋਂ ਦੇ MLA-ਆਂ ਦੇ, ਲੀਡਰਾਂ ਦੇ, ਕਿ ਕਿਵੇਂ ਅੱਜ ਪੁਲਿਸ ਇੱਕ IPS ਅਫਸਰ ਵੀ ਕਿਵੇਂ ਇਹਨਾਂ ਦੇ अधीन चल रहे हैं, किवें दे हाथ ठोके बन के काम कर रहे हैं। यार कोई माड़ी मोटी गल होवे तां बंदा ठीक है, मुकदमा दर्ज हुंदा। मैं कहना जमी इन्नी नेर कर दी, एडा धक्का पांसियां नूं कहिंदा रहा कि यह बादल धक्के करदे आ, यह परचियां दी सियासत करदे आ, झूठे मुकदमे दर्ज होए, तू किल किल के रिंगदा रहा स्टेजां दे उत्ते। अज तेरी सरकार की कर रही है, तेरी पुलिस की कर रही है? पहला करतूत सुन ये तेरे MLA दी, आ सुन ला थाणा कोटफट्टा आला मौलतड़ा मौलतड़ा तो MLA, इहने मुकदमा दर्ज कराया इक कुड़ी दे उत्ते। सुन लिओ पहला, एक बेचारी दरोगा कुड़ी, वन गार्ड कुड़ी आ, दरोगा लगी हुई कुड़ी, उहदे मुकदमा दर्ज होया। देखो पारे सरकार कहिंदी असीं पंजाब दे मुंडिया कुड़ियां नूं बाहर नहीं जाण देना, असीं नौकरियां देवांगे, असीं धीआं दी रक्षा करांगे। एक बेचारी कुड़ी दे उत्ते मुकदमा दर्ज, पता की होया? सुन लिओ ध्यान दे नाल। ਇਹ ਲਖਵੀਰ ਕੌਰ ਕੁੜੀ ਹੈ, ਇੱਕ ਬੰਦਾ ਲਿਖਾਉਂਦਾ ਸਵਰਨ ਸਿੰਘ ਨਾਂ ਦਾ ਬੰਦਾ ਹੈ, ਮੈਸਰਖਾਨੇ ਪਿੰਡ ਦਾ। ਕਹਿੰਦਾ ਜੀ ਲਖਵੀਰ ਕੌਰ ਜਬਰੀ ਮੇਰੇ ਘਰ ਮੇਰੀ ਗੈਰ ਹਾਜ਼ਰੀ 'ਚ ਵੜ ਗਈ, ਮੇਰੇ ਪਰਿਵਾਰ ਨਾਲ ਧੱਕਾ ਮੁੱਕੀ ਕੀਤੀ, ਭੰਨ ਤੋੜ ਕੀਤੀ। ਉਹਦੇ ਕੋਲ ਸੋਟੀ ਸੀ, ਉਹਨੇ ਮੇਰੇ ਘਰ ਵਾਲੀ ਨਾਲ ਜਫੋ ਜੱਫੀ ਹੋਈ, ਮੇਰੀ ਮਾਂ ਨਾਲ ਜਫੋ ਜੱਫੀ ਹੋਈ, ਸਾਡੇ ਘਰੇ 'ਚ ਉਹਨੇ ਗਮਲਾ ਭੰਨਤਾ, ਕੁਰਸੀ ਭੰਨਤੀ। ਇੱਕ ਔਰਤ ਕਹਿੰਦਾ ਜਿਹੜੀ ਦਰੋਗਾ ਲੱਗੀ ਸੀਗੀ ਉਹ ਸਾਡੇ ਘਰੇ ਆ ਗਈ, ਉਹਨੇ ਮੇਰੇ ਘਰ ਵਾਲੀ ਨੂੰ ਵੀ ਧੱਕਾ ਮੁੱਕੀ ਕੀਤੀ, ਮੇਰੀ ਮਾਂ ਨਾਲ ਧੱਕਾ ਮੁੱਕੀ ਕੀਤੀ, ਉਹਦੇ ਕੋਲ ਸੋਟੀ ਸੀ, ਡਾਂਗ ਚੱਕੀ ਫਿਰਦੀ ਸੀ। ਅੱਗੇ ਸੁਣ ਲਓ, ਕਹਿੰਦਾ ਜੀ ਉਹਨੇ ਇੱਕ ਹੋਰ ਧਮਕੀ ਦਿੱਤੀ ਕਿ ਮੈਂ ਤੈਨੂੰ ਸਰਪੰਚ ਦਾ ਪਿਸਤੌਲ ਲਿਆ ਕੇ ਤੇਰੇ ਗੋਲੀ ਮਾਰ ਦੂੰਗੀ। ਸੁਣੀ ਚੱਲੋ ਇਹ ਚੰਦ ਕਿਵੇਂ ਚਾੜਦੀ ਹੈ ਪੰਜਾਬ ਪੁਲਿਸ ਦੇ ਕਾਰਨਾਮੇ। ਦੇਖੋ ਇਹ ਚਿੱਟੇ ਵਾਲੇ ਫੜ ਨਹੀਂ ਹੁੰਦੇ ਇਹਨਾਂ ਕੋਲੋਂ, ਸ਼ਰੇਆਮ ਚਿੱਟਾ ਵਿਕਦਾ। SSP ਮੈਂ ਬਠਿੰਡਾ ਨੂੰ ਕਹਿਣਾ ਚਾਹੁੰਦਾ, ਫੋਨ ਕਰਕੇ ਵੀ ਮੈਂ ਦੱਸਿਆ ਕਿ ਸ਼ਰੇਆਮ ਮੇਰੇ ਪਿੰਡ ਵੀ ਵਿਕਦਾ, ਪਿੰਡ ਪਿੰਡ ਵਿਕਦਾ। ਮੈਂ ਨਾ ਦੱਸਣ ਨੂੰ ਤਿਆਰ ਹਾਂ। ਮੈਂ ਕਈ ਵਾਰੀ ਸਰਕਾਰ ਨੂੰ ਕਿਹਾ ਕਿ ਫੜੋ ਵੱਡੇ ਚਿੱਟੇ ਸਮਗਲਰ, ਉੱਥੇ ਨਹੀਂ ਕੋਈ ਫੜਨਾ। ਆਹ ਦੇਖੋ ਕਹਾਣੀ ਕੀ ਰਚੀ ਹੈ ਕਿ ਇੱਕ ਦਰੋਗਾ ਵਿਚਾਰੀ ਲੱਗੀ ਹੋਈ ਕੁੜੀ, ਇਹ ਸਵਰਨ ਸਿੰਘ ਨਾਂ ਦਾ ਬੰਦਾ ਜਿਹੜਾ ਮੈਸਰਖਾਨੇ ਦਾ MLA ਜਿਹੜਾ ਮੌਲਾਂ ਵਾਲਾ, ਇਹਦੇ ਨਾਲ ਰਹਿਣ ਵਾਲਾ ਬੰਦਾ ਕਹਿੰਦਾ ਮੇਰੇ ਘਰੇ ਆ ਗਈ, ਮੇਰੇ ਘਰੇ ਸੋਟੀ ਚੱਕ ਕੇ ਗਮਲਾ ਭੰਨ ਗਈ, ਕੁਰਸੀ ਭੰਨ ਗਈ, ਮੇਰੀ ਮਾਂ ਕੁੱਟੀ, ਮੇਰੀ ਘਰ ਵਾਲੀ ਕੁੱਟੀ। ਪਹਿਲਾਂ ਦੱਸੋ ਇੱਕ ਜਨਾਨੀ ਦੋ ਜਨਾਨੀਆਂ ਦੇ ਭਾਰੂ ਪੈ ਗਈ ਆ ਕੇ। ਸੁਣੀ ਚੱਲੋ ਅੱਗੇ ਕਰਤੂਤ, ਕਹਿੰਦਾ ਫਿਰ ਗਾਹਾਂ ਪੁਲਿਸ ਕੀ ਲਿਖਦੀ ਆ, ਕਹਾਣੀ ਕੀ ਬਣਾਉਂਦੀ ਆ, ਸੁਣ ਲਓ ਇਹਦੇ ਬਿਆਨ। ਕਹਿੰਦਾ ਫਿਰ ਉਦੋਂ ਬਾਅਦ ਉਹਨੇ ਇਹ ਧਮਕੀ ਦਿੱਤੀ ਮੇਰੇ ਪਰਿਵਾਰ ਨੂੰ, ਮੈਂ ਤੁਹਾਨੂੰ ਪਿਸਤੌਲ ਲਿਆ ਕੇ ਸਰਪੰਚ ਦਾ ਤੇ ਤੁਹਾਡੇ ਮੈਂ ਗੋਲੀ ਮਾਰ ਦੇਣੀ। ਕਹਿੰਦਾ ਜੀ ਉਦੋਂ ਬਾਅਦ ਅਸੀਂ ਆਏ ਦੋ ਜਾਣੇ, ਇੱਕ ਮੇਰੇ ਨਾਲ ਕੋਈ ਬੰਦਾ ਹੋਰ ਆਇਆ, ਗੱਗੀ ਨਾਂ ਦਾ ਬੰਦਾ ਆਇਆ, ਅਸੀਂ ਆ ਕੇ ਉਹਨੂੰ ਸਮਝਾ ਬੁਝਾ ਕੇ ਘਰੋਂ ਤੋਰਿਆ। ਇਹ ਪੁਲਿਸ ਨੇ ਮੁਕੱਦਮਾ ਦਿੱਤਾ ਇੱਕ ਸਰਪੰਚ ਮੈਸਰਖਾਨੇ ਦਾ ਸੁਖਦੇਵ ਸਿੰਘ, ਉਹਦੇ ਉੱਤੇ ਇੱਕ ਵਿਚਾਰੀ ਦਰੋਗਾ ਲੱਗੀ ਕੁੜੀ, ਉਹਦੇ ਉੱਤੇ ਮੁਕੱਦਮਾ। ਇਹ ਚੰਦ ਚਾੜਿਆ ਬਠਿੰਡਾ ਪੁਲਿਸ ਨੇ, ਥਾਣਾ ਕੋਟਪੱਤਾ ਜ਼ਿਲ੍ਹਾ ਬਠਿੰਡਾ ਦੇ SSP ਨੇ। ਜ਼ਿੰਮੇਵਾਰ ਕੌਣ ਹੈ? SSP ਹੈ ਨਾ, SSP ਤੋਂ ਪਾਸੇ ਦਾ ਸੱਚੋ ਦੀ ਜ਼ਰੂਰਤ ਨਹੀਂ ਕਿ ਪਰਚਾ ਦੇ ਦੇ। ਕਮਾਲ ਯਾਰ, ਇੰਨੀ ਨੇਰ ਕਰਦੀ, ਐਡੀ ਧੱਕੇਸ਼ਾਹੀ ਯਾਰ ਲੋਕਾਂ ਨਾਲ। ਇਹ ਪਹਿਲਾਂ ਵਾਲੇ ਨਹੀਂ ਬਖਸ਼ੇ ਇੱਥੇ, ਬਾਦਲ ਕਿੱਥੇ ਰੁਲ ਗਏ, ਉਹ ਧੂੜ ਚਟਾਤੇ ਅਗਲੇ ਨੇ, ਉਹ ਫਿਰਦੇ ਮਿੱਟੀ ਫਰੋਲਦੇ। ਤੁਸੀਂ ਕਿਹੜੇ ਬਾਗ ਦੀ ਮੂਲੀ ਹੋ? ਤੁਸੀਂ ਇੰਨਾ ਲੋਕਾਂ ਨਾਲ ਜਬਰੀ ਕਰਨ ਤੇ ਉਤਰੇ ਆ। ਆਹੀ ਤੇਰਾ DSP ਮੌੜ,
ਅੱਜ ਤੋਂ 5 ਦਿਨ ਪਹਿਲਾਂ ਸ਼ਰਿਆਮ ਆਹੀ ਐਮਐਲਏ ਦੇ ਨਾਲ ਗੁੰਡੇ ਲੈ ਕੇ ਨਾਲ ਪੁਲਿਸ ਖੜਕ ਤੇ ਗੁੰਡਾਗਰਦੀ ਕਰਾਉਂਦੀ ਧੱਕੇ ਨਾਲ ਯੂਨੀਅਨ ਤੇ ਕਬਜ਼ਾ ਕਰਾਉਂਦੇ ਸੀ। ਹੋਰ ਗੱਲ ਮੇਰੀ ਯਾਦ ਰੱਖਿਓ, ਇਹ ਹਰੇ ਉਹਦੀ ਵੀ ਤਿਆਰੀ ਕਰ ਰਿਹਾ, ਗੁੰਡੇ ਭਾਲਦੇ ਫਿਰਦੇ ਆਸੇ ਪਾਸੇ ਸੁਨੇਹੇ ਲਾਉਂਦਾ ਫਿਰਦਾ ਐਮਐਲਏ, ਸਾਨੂੰ ਬੰਦੇ ਦਿਓ ਅਸੀਂ ਯੂਨੀਅਨ ਤੇ ਕਬਜ਼ਾ ਕਰਨਾ। ਨਾਲ ਪੁਲਿਸ ਹੋਊਗੀ ਉੱਥੇ, ਕੱਲ ਨੂੰ ਕਿਸੇ ਬੰਦੇ ਦਾ ਨੁਕਸਾਨ ਹੋਗਾ ਕਿਉਂਕਿ ਬੰਦਾ ਮਰ ਗਿਆ, ਕੀ ਜ਼ਿਲ੍ਹੇ ਬਠਿੰਡੇ ਦਾ ਐਸਐਸਪੀ ਜ਼ਿੰਮੇਵਾਰ ਹੋਊ ਕਿ ਡੀਐਸਪੀ ਮੌੜ ਜ਼ਿੰਮੇਵਾਰ ਹੋਊਗਾ? ਇੱਕ ਪਾਸੇ ਸ਼ਰੇਆਮ ਸਾਡੇ ਮੁੰਡਿਆਂ ਤੇ ਐਨਐਸਏ ਲਾ ਕੇ ਚੱਕ ਚੱਕ ਸਾਂਭ ਭੇਜੀ ਜਾਂਦੇ ਆ, ਚਿੱਟੇ ਵਾਲਾਂ ਤੋਂ ਫੜੇ ਨਹੀਂ ਜਾਂਦੇ, ਫਲੈਗ ਮਾਰਚਾਂ ਕੱਢਦੇ ਫਿਰਦੇ ਆ, ਚੱਪੇ ਚੱਪੇ ਦੇ ਜ਼ਿਲ੍ਹੇ ਬਠਿੰਡੇ 'ਚ ਪੁਲਿਸ ਲਾਤੀ ਵੀ ਵਿਸਾਖੀ ਤੇ ਲੋਕ ਇਕੱਠੇ ਨਾ ਹੋ ਜਾਣ, ਆਪਦਾ ਜਿਹੜਾ ਧਾਰਮਿਕ ਤਿਉਹਾਰ ਹੈ ਉਹ ਵੀ ਨਾ ਮਨਾ ਸਕਣ, ਉੱਥੇ ਇਹਨਾਂ ਨੇ ਆਹ ਕੁਛ ਕਰਤਾ। ਇੱਕ ਪਾਸੇ ਆਹ ਦੇਖੋ ਇਹਨਾਂ ਦੀ ਕਰਤੂਤ, ਯਾਰ ਇੱਕ ਕੁੜੀ ਉਹ ਵੀ ਇੱਕ ਐਮਐਲਏ ਦੇ ਪੀਏ ਦੇ ਸਹਾਇਕ ਦੇ ਘਰੇ ਜਾ ਕੇ ਧਮਕੀ ਦੇ, ਤੂੰ ਗਾਲਾਂ ਕੱਢ ਦੂ, ਸੋਟੀਆਂ ਲੈ ਕੇ ਚਲੀ ਜਾਊ। ਹੁਣ ਸੁਣ ਲਓ ਕਰਤੂਤ ਅੱਗੇ ਕੀ ਹੈ, ਕਰਨਾ ਕੀ ਚਾਹੁੰਦੇ ਸੀ ਉਹ ਕੁੜੀ। ਮੈਂ ਕਹਿੰਦਾ ਸਲਾਮ ਆ ਉਸ ਕੁੜੀ ਨੂੰ, ਉਸ ਵੀਰ ਲਖਵੀਰ ਕੌਰ ਨੂੰ ਜਿਹੜੀ ਨੇ ਇਹਨਾਂ ਨੂੰ ਜਵਾਬ ਦਿੱਤਾ। ਇਹ ਗੱਗੀ ਸਿੰਘ ਨਾਂ ਦਾ ਬੰਦਾ ਹੈ, ਇਹਦੇ ਦਰਖਤ ਲੱਗੇ ਹੋਏ ਆ ਸੂਏ ਦੇ ਉੱਤੇ, ਇਹਨੇ ਉਹਨੂੰ ਕੁੜੀ ਨੂੰ ਕਿਹਾ, ਦਰੋਗੇ ਨੂੰ, ਇਹ ਸਵਰਨ ਸਿੰਘ ਨੇ ਕਿਹਾ ਵੀ ਗੱਗੀ ਦੇ ਮੱਥੇ ਦਰਖਤ ਲੱਗੇ ਆ ਸੂਏ ਦੇ ਉੱਤੇ, ਵੀ ਇਹ ਦਰਖਤ ਪੱਟਣੇ ਆ, ਵੀ ਤੂੰ ਆ ਕੇ ਇਹਨਾਂ ਨੂੰ ਦੇਖ ਵੀ ਦਰਖਤ ਇਹ ਉਹਦੇ ਖੇਤ 'ਚ ਹੈ। ਉਹਨੇ ਗੱਲ ਕੁੜੀ ਨੇ ਇੰਨੀ ਗੱਲ ਕਹੀ, ਉਹ ਕਹਿੰਦੀ ਬਾਈ ਜੀ ਵੀ ਮੈਂ ਉੱਚੇ ਅਧਿਕਾਰੀ ਹਾਂ, ਸਾਡਾ ਕੋਈ ਰੇਂਜ ਅਫਸਰ ਹੈ, ਮੈਂ ਉਹਨਾਂ ਨੂੰ ਕੋਈ DFO ਹੈ, ਮੈਂ ਤਾਂ ਆਪਣੇ ਲਿਖ ਕੇ ਭੇਜ ਦਿੰਦੀ ਹਾਂ ਵੀ ਮੈਂ, ਮੇਰੇ ਇਹ ਹੈ ਨਹੀਂ ਕਿ ਮੇਰੇ ਅਧਿਕਾਰ ਖੇਤਰ 'ਚ ਨਹੀਂ ਹੈਗਾ ਵੀ ਮੈਂ ਕੋਈ ਦਰਖਤ ਪਟਾ ਦਾਂ, ਵੀ ਤੁਸੀਂ ਮਿਹਨਤੀ ਕਰਾ ਲਓ, ਉੱਥੇ ਦਰਖਾਸਤ ਦੇ ਦਿਓ, ਜੇ ਤੁਹਾਡੇ ਖੇਤ 'ਚ ਆਉਂਦੇ ਤੁਸੀਂ ਪਟਾ ਦਿਓ। ਇੰਨੀ ਖੁੰਦਕ, ਇੰਨੀ ਵੀ ਸਾਡੇ ਆਖੇ ਨਹੀਂ ਲੱਗੀ ਸੀ ਦਰਖਤ ਪੱਟਣੇ ਸੀਗੇ, ਜਿਹੜੇ ਸਰਕਾਰੀ ਥਾਂ 'ਚ ਖੜੇ ਸੀਗੇ, ਉਹ ਖੁੰਦਕ ਖਾ ਕੇ ਇਹਦੀ ਬੇਚਾਰੀ ਬਦਲੀ ਕਰਾ ਦਿੱਤੀ। ਇਹਦੀ ਬਦਲੀ ਕਰਾਈ, ਬਦਲੀ ਕਰਾਉਣ ਤੋਂ ਬਾਅਦ ਵੀ ਨਹੀਂ ਇਹਨੂੰ ਬਖਸ਼ਿਆ, ਬਦਲੀ ਕਰਾਉਣ ਤੋਂ ਬਾਅਦ ਇਹਦੇ ਖਿਲਾਫ਼ ਰੇਂਜ ਅਫਸਰ ਕੋਲੇ, DFO ਕੋਲੇ ਤਾਂ ਸ਼ਿਕਾਇਤਾਂ ਕਰਨ ਲੱਗ ਗਏ ਕਿ ਡਿਊਟੀ ਨਹੀਂ ਕਰਦੀ, ਇਹ ਆਏ ਨਹੀਂ ਕਰਦੀ, ਅਸੀਂ ਤਾਂ ਬਦਲੀ ਕਰਾਈ ਹੈ। ਵਿੱਚੋਂ ਕਾਰਨ ਕੀ ਸੀ? ਦਰਖਤ ਨਹੀਂ ਪੱਟਣ ਉੱਤੇ ਕੁੜੀ ਆਪਣੇ ਸਟੈਂਡ ਤੇ ਖੜ ਗਈ ਵੀ ਮੈਂ ਜ਼ਿੰਮੇਵਾਰ ਤਾਂ ਮੈਂ ਹਾਂ, ਕੱਲ੍ਹ ਨੂੰ ਦਰਖਤ ਸਰਕਾਰੀ ਪੱਟੇਗੇ, ਜਵਾਬ ਤਲਬੀ ਮੇਰੀ ਹੋਣੀ ਹੈ। ਉਹ ਇਸ ਗੱਲ ਦੇ ਸਟੈਂਡ ਲੈ ਗਈ, ਉਹ ਉਸ ਨੂੰ ਬਦਲੀ ਕਰਾਤੀ, ਬਦਲੀ ਕਰਾਉਣ ਤੋਂ ਬਾਅਦ ਵੀ ਨਹੀਂ ਬਖਸ਼ਿਆ, ਉਹਦੀਆਂ ਸ਼ਿਕਾਇਤਾਂ ਫਿਰ ਕਰਨ ਲੱਗ ਗਏ। ਉਹ ਵਿਚਾਰੀ ਇੱਕ ਗਰੀਬੀ ਦਾਵੇ ਇਸ ਬੰਦੇ ਦੇ ਘਰੇ ਗਈ, ਸਵਰਨ ਸਿੰਘ ਦੇ ਕਹਿਣ ਵੀ ਚੱਲ ਇਹ ਘਰੇ ਹੋਊਗਾ, ਵੀ ਭਰਾਵਾ ਤੇਰਾ ਮੇਰੇ ਨਾਲ ਕੀ ਰੌਲਾ, ਮੈਂ ਤੇਰਾ ਕੀ ਮਾੜਾ ਕਰਤਾ, ਤੂੰ ਮੇਰੀ ਬਦਲੀ ਵੀ ਕਰਾਤੀ, ਬਦਲੀ ਕਰਾਉਣ ਤੋਂ ਬਾਅਦ ਵੀ ਤੂੰ ਮੈਨੂੰ ਬਖਸ਼ ਨਹੀਂ ਰਿਹਾ। ਉਹ ਇੰਨੀ ਗੱਲ ਕਹਿਣ ਗਈ ਤੇ ਚੱਕ ਕੇ ਸਾਰੀ ਕਹਾਣੀ ਘੜ ਕੇ ਨਾਲ ਆ ਕੁੜੀ ਦੇ ਪਰਚਾ ਵੀ ਸਾਡੇ ਘਰੇ ਆ ਕੇ ਭੰਨ ਤੋੜ ਕਰ ਗਈ, ਪਿਸਤੌਲ ਨਾਲ ਧਮਕੀਆਂ ਦਿੰਦੀ ਸੀ, ਸਾਡੇ ਗਮਲੇ ਤੋੜ ਗਈ, ਸਾਡੀਆਂ ਕੁਰਸੀਆਂ ਤੋੜ ਗਈ, ਮੇਰੇ ਘਰਵਾਲੇ ਨੂੰ ਕੁੱਟ ਗਈ, ਮੇਰੀ ਮਾਂ ਨੂੰ ਕੁੱਟ ਗਈ, ਆਹ ਤੇਰੇ ਘਰਵਾਲੇ ਨੂੰ ਕੁੱਟ ਗਈ, ਤੇਰੀ ਮਾਂ ਨੂੰ ਕੁੱਟ ਗਈ, ਤੂੰ ਐਡਾ ਕੂੜਾ ਸੀ ਵੀ ਤੂੰ ਜਾ ਕੇ ਉਦੋਂ ਬਾਅਦ ਸਮਝਾ ਵਜਾ ਕੇ ਤੋਰਤੀ ਹੈ। ਫਿਰ ਅੱਗੇ ਨਾਲ ਸਰਪੰਚ ਦਾ ਮੁੰਡਾ ਮੜਤਾ, ਨਾਲ ਜਿਹੜਾ ਸਰਪੰਚ ਸੁਖਦੇਵ ਸਿੰਘ ਹੈ ਉਹ ਇਹਨਾਂ ਦੀ ਆਸਮੇਂ ਪਿੰਡ 'ਚ MLA ਨਾਲ ਬਣਦੀ ਨਹੀਂ, ਉਹ ਦੂਜੀ ਅਕਾਲੀ ਪਾਰਟੀ ਦਾ, ਉਹਨੂੰ ਥੱਲੇ ਲੱਤ ਹੇਠਾਂ ਨਿਗਾ ਕੇ ਸਰੋਪਾ ਪਾ ਕੇ ਨਾਲ ਲਾਉਣਾ ਚਾਹੁੰਦਾ, ਉਹ ਮੰਨਦੇ ਨਹੀਂ ਬੰਦੇ, ਉਸ ਗੱਲ 'ਤੇ ਆਏ ਨਹੀਂ, ਉਹ ਨਾਲ ਪਰਚੇ ਦੇ ਵਿੱਚ ਉਹ ਮੜਤਾ। ਯਾਰ ਮਾੜਾ ਮੋਟਾ ਮੈਂ SSP ਨੂੰ ਕਹਿਣਾ ਚਾਹੁੰਦਾ, ਬਠਿੰਡਾ SSP ਸਾਹਿਬ ਤੁਹਾਨੂੰ ਮੈਂ ਕਹਿਣਾ ਚਾਹੁੰਦਾ, IPS ਅਫਸਰ ਹੋ ਜਾਣ, ਆਪਦੀ ਜ਼ਮੀਰ, ਮੈਂ ਫੋਨ ਵੀ ਕੀਤਾ ਤੁਹਾਨੂੰ ਸਵੇਰੇ ਅੱਜ ਵੀ ਇਹ ਧੱਕਾ ਹੋ ਰਿਹਾ, ਇਹ ਨਜਾਇਜ਼ ਕੁੜੀ 'ਤੇ ਮੁਕੱਦਮਾ ਦਰਜ ਹੋ ਰਿਹਾ, ਅਤੇ MLA ਆਪ ਥਾਣੇ ਕੋਟ ਫੱਤੇ ਬੈਠਾ ਇਸ ਵਕਤ ਪਰਚਾ ਕਟਾ ਰਿਹਾ। SSP ਬਠਿੰਡਾ ਸਾਹਿਬ ਮੈਂ ਤੁਹਾਨੂੰ ਇਹ ਫੋਨ ਕਰਕੇ ਤੜਕੇ ਦੱਸਦਾ ਸੀ ਕਿ ਵਿਚਾਰੀ ਕੁੜੀ 'ਤੇ ਪਰਚਾ ਦਿਓਗੇ, ਐਡਾ ਧੱਕਾ, ਤੁਸੀਂ ਮੈਨੂੰ ਜਵਾਬ ਦਿੱਤਾ ਸੀ ਕਿ ਹਾਂ ਅਸੀਂ ਕੋਈ ਗੱਲ ਨਹੀਂ ਦੇਖ ਰਹੇ ਹਾਂ। ਇਹ ਗੱਲ ਮੈਂ ਤੁਹਾਡੇ ਉਸ ਦਿਨ ਵੀ ਧਿਆਨ 'ਚ ਦਵਾਈ ਸੀ ਜਿਸ ਦਿਨ ਇਹ ਗੁੰਡੇ ਲੈ ਕੇ ਬੰਦੇ ਲੈ ਕੇ ਟਰੱਕ ਜਿਹਨੂੰ ਮੌੜ 'ਚ ਵੜੇ ਆ, ਮੈਂ ਉਹਦੇ ਵੀ ਕਿਹਾ ਸੀ, ਮੈਂ ਉਹਦਾ ਨੁਕਸਾਨ ਹੋ ਸਕਦਾ, ਬੰਦੇ ਮਰ ਸਕਦੇ ਆ, ਆਪਰੇਟਰਾਂ ਧੱਕਾ। ਕਾਰਨ ਕੀ? ਉੱਥੇ ਯੂਨੀਅਨ 'ਤੇ ਕਬਜ਼ਾ ਕਰਾਉਣ ਦਾ ਮਕਸਦ ਕੀ ਹੈ? ਵੀ ਜੋ ਟੈਂਡਰ ਟੁੰਡਰ ਹੁੰਦੇ ਨੇ ਉਹ ਸਾਰਾ ਹੁਣ ਗੱਲਾਂ ਲੱਗਣਾ, ਉਹ ਗਰੀਬਾਂ ਦਾ ਸਾਰਾ ਜਿਵੇਂ ਖੂਨ ਚੂਸਣਾ ਇਹਨਾਂ ਨੇ, ਆਹੀ ਭੁੱਚੋ ਯੂਨੀਅਨ 'ਚ ਹੋ ਰਿਹਾ। ਉੱਥੇ ਉਹਨਾਂ ਨੇ ਸਾਰਾ ਉਹ MLA ਜਗਸੀਰ ਭੁੱਚੋ ਵਾਲਾ, ਉਹਦੇ ਮੁੰਡੇ ਨੇ ਕਬਜ਼ਾ ਕਰਾ ਲਿਆ, ਪਤਾ ਨਹੀਂ ਕਿੱਥੋਂ ਲਿਆ ਕੇ ਬੰਦਾ ਬਿਠਾਤਾ ਉਹਨੇ, ਉਹ ਸਾਰੇ ਆਪਰੇਟਰ ਉੱਥੇ ਮਾਰਤੇ, ਤਾਂ ਮਾਰਦੇ ਵਿਚਾਰੇ, ਪਿਛਲੇ ਸਾਲ ਵੀ ਉਹਨਾਂ ਨੇ ਮਾਲ ਨਹੀਂ ਢੋਇਆ, ਐਤਕੀ ਵੀ ਢੋਇਆ ਜਾਣਾ। ਉਹ ਗਰੀਬ ਬੰਦੇ ਆ, ਮਸਾਂ ਵਿਚਾਰੇ ਕੋਈ ਕਿਸ਼ਤਾਂ ਜੋਗਰੇ ਪੈਸੇ ਕੱਢਦੇ, ਮਸਾਂ ਚੁੱਲ੍ਹਾ ਬਲਦਾ, ਉਹ ਪੁੰਸਿਆਂ ਉਹ ਕਿਹੜੇ ਡਰਾਮੇ ਕਰਦਾ ਹੋਏ, ਉਹ ਜਦੋਂ ਕਹਿਣਾ ਹੋਵੇ ਸਿਵਿਆਂ ਦੀਆਂ ਲਾਟਾਂ ਉੱਚੀਆਂ ਹੋ ਗਈਆਂ, ਚੁੱਲ੍ਹਿਆਂ ਦੀਆਂ ਅੱਗਾਂ ਬੁੱਝ ਗਈਆਂ, ਉਹ ਕਿੱਥੇ ਗਏ ਤੇਰੇ ਡਰਾਮੇ ਹੋਏ? ਉਹ ਤੇਰਾ MLA ਸ਼ਰੇਆਮ ਲੋਕਾਂ ਨੇ ਧੱਕੇ ਕਰੀ ਜਾਂਦਾ, ਕਰਾ ਦੀ ਪੜਤਾਲ, ਜੇ ਮੈਂ ਗਲਤ ਹੋਵਾਂ ਮੇਰੇ ਜੋ ਮਰਜ਼ੀ ਕਾਰਵਾਈ ਕਰ ਦਿਓ, ਕਰਾ ਜਾਂ ਦੋ ਆਹ ਦਸਾਂ ਦਿਨਾਂ ਹਫ਼ਤੇ ਦੇ ਅੰਦਰ ਅੰਦਰ ਆਹ ਦੋ ਧੱਕੇ ਨਹੀਂ ਹੋਏ ਲੋਕਾਂ ਨਾਲ, ਧੱਕੇ ਨਾਲ ਜਾ ਕੇ ਜਿਹੜਾ ਉੱਥੇ ਤੁਸੀਂ ਯੂਨੀਅਨ 'ਤੇ ਕਬਜ਼ਾ ਕੀਤਾ, DSP ਤੁਹਾਡਾ ਨਾਲ ਹੈ, SHO ਮੌੜ ਨਾਲ ਹੈ, ਸ਼ਰੇਆਮ ਨਾਲ ਜਾ ਕੇ ਤੁਹਾਡਾ ਬੰਦਾ ਬਿਠਾਉਂਦੇ ਆ, ਤੁਹਾਡੇ ਨਾਲ ਇੱਕ ਵੀ ਆਪਰੇਟਰ ਨਹੀਂ ਸੀ ਉੱਥੇ,
अगे यूनियन च बंदे नहीं मरे, किन्ने थाई नुकसान होया, थोड़ा की जाऊगा। पुलिस वालों मैं तुहानू कहना चाहना, माड़ी मोटी अकल नू हथ मारो यार, अकल नू हथ मारो। यह धक्का माड़ा हुंदा, यह सरकारां आउंदियां जांदियां रहिंदियां, तुसीं तां इच्छे ही रहना लोकां च ही रहना यार। वह रब की कचहरी तां हैगी है ना, उहनूं तां जवाब दे हैगे हो यार। चाके पतंदरों सुनदे नहीं किसे दी, चाके कुड़ी ते परचा रेता ले दसो। माड़ा मोटा का फर्ज बनता यार एक एस एस पी नूं पड़ताल करन दा, भाई एस एच ओ नूं कहण दा, भाई डी एस पी नूं कहण दा, देखो नजायज नहीं करनी। ते पर सोडे दे च ते बादलां च ते कांग्रसियां च फर्क की रहेगा, तुसीं तां उहनां नूं वी टप्पगे यार। उन्होंने ऐत कुड़ियां दे परचे तां दित्ते, ऐ तां किसे इन्नी एड्डी झूठी कहानी आ। देखो तुहानूं मैं एफ आई आर दी सारियां गल्लां पढ़ के सुनाईआं ने, जिहड़ियां गल्लां अगे उहने होर लिखिआ है कि जी मैं अपनी मां नूं फिर उत्थे आर एम पी डाक्टर बुलाया जी, उन्हें दवाई दवाई जी, हले तां आया नहीं, इन्हां ने कीता वी कोई आ पता नहीं, आदि बुढ़ी दे सट मार के पा दिंदे हस्पताल, वी साडे तां जी उह दरोगा कुड़ी घरे आ के साडी तां बेबे दी लाती तोड़ गई। इह ऐ वी कर सकदे सी। अत ते खुदा दा वैर है ਭੌਂਸਿਆਂ, ਇਹ ਚੰਗੀ ਨਹੀਂ। ਜੋ ਤੂੰ ਚੱਕੀ ਫਿਰਦਾ ਤੇ ਤੇਰੇ ਐਮ ਐਲ ਏ ਚੱਕੀ ਫਿਰਦੇ ਆ, ਜੋ ਇੱਥੇ ਹੋ ਰਿਹਾ, ਜੋ ਤੁਸੀਂ ਲੋਕਾਂ ਨਾਲ ਕਰ ਰਹੇ ਹੋ, ਜੋ ਆ ਪਿਛਲੇ 20-25 ਦਿਨਾਂ ਚ ਲੋਕਾਂ ਨਾਲ ਹੋ ਰਿਹਾ, ਜੋ ਐਨ ਐਸ ਏ ਲੱਗ ਕੇ ਮੁੰਡੇ ਸਾਡੇ ਜੇਲ੍ਹਾਂ ਤੱਕ ਰਹੇ ਹੋ, ਜੋ ਨਜਾਇਜ਼ ਧੱਕੇਸ਼ਾਹੀਆਂ ਯੂਨੀਅਨਾਂ ਦੇ ਕਬਜ਼ੇ ਸ਼ਰੇਆਮ ਨਹੀਂ ਪੁੱਛੋ ਹੋਇਆ, ਜਾ ਕੇ ਇੱਕ ਦਿਨ ਆ ਕੇ ਜੇ ਐਡੀ ਯੁਰਤ ਹੈ, ਜੇ ਐਡਾ ਇਮਾਨਦਾਰ ਮੁੱਖ ਮੰਤਰੀ ਆ ਪੰਜਾਬ ਦਾ, ਤੈਨੂੰ ਚੈਲੰਜ ਕਰਦਾ, ਚੁਣੌਤੀ ਦਿੰਦਾ, ਇੱਕ ਦਿਨ ਆ ਅਸੀਂ ਵੀ ਆਉਂਦੇ ਹਾਂ, ਪੁੱਛੋ ਯੂਨੀਅਨ ਚ ਆ ਜਾ, ਮੌੜ ਯੂਨੀਅਨ ਚ ਆ ਜਾ, ਰਾਮਪੁਰਾ ਯੂਨੀਅਨ ਚ ਆ ਜਾ, ਰਾਮੇ ਯੂਨੀਅਨ ਚ ਆ ਜਾ, ਰਿਫਾਇਨਰੀ ਚ ਆ ਜਾ ਆਪਣੇ ਰਾਮੇ, ਕਿਵੇਂ ਉੱਥੇ ਬਲਜਿੰਦਰ ਕੌਰ ਨੇ ਗੰਦ ਪਾਇਆ ਤੇ ਕਿਵੇਂ ਉੱਥੇ ਸ਼ਰੇਆਮ ਗੁੰਡਾ ਟੈਕਸ ਚੱਲਦਾ, ਸ਼ਰੇਆਮ ਲੋਕਾਂ ਤੋਂ ਲੁੱਟਿਆ ਜਾਂਦਾ। ਜੇ ਹੈ ਹਿੰਮਤ ਆਪਣੇ ਆਪ ਨੂੰ ਵੱਡੀਆਂ ਵੱਡੀਆਂ ਬੜਕਾਂ ਮਾਰਦਾ ਖੜ ਕੇ ਸਟੇਜਾਂ ਤੇ ਕਿ ਮੈਂ ਤਾਂ, ਤੁਸੀਂ ਇੱਕ ਵਾਰੀ ਬਟਨ ਦੱਬਿਆ, ਮੈਂ ਤੁਹਾਡੇ ਲਈ ਰੋਜ਼ 4 ਬਟਨ ਦੱਬਦਾ, ਮੈਂ 5 ਬਟਨ ਦੱਬਦਾ, ਕਿਹੜੇ ਬਟਨ ਦੱਬਦੇ ਆ ਤੁਸੀਂ? ਆ ਲੋਕਾਂ ਦਾ ਗਲ ਦੱਬ ਰਹੇ ਹੋ, ਗਲ ਚ ਗੂਠਾ ਦੇ ਰਹੇ ਹੋ ਲੋਕਾਂ ਦੇ, ਗਰੀਬ ਦੇ ਮਾਤੜਾਂ ਦੇ। ਉਹ ਮਸਾਂ ਵਿਚਾਰੀ ਕੁੜੀ ਨੇ, ਪਤਾ ਨੀ ਕਿੰਨੀ ਉਹਦੀ ਉਮਰ ਵੀ ਕਾਫੀ ਹੈ ਕੁੜੀ ਦੀ, ਕਿਵੇਂ ਨੌਕਰੀ ਲਈ ਹੋਣੀ ਹੈ, ਆ ਪਰਚਾ ਮੜਤਾ, ਉਦੋਂ ਬਾਅਦ ਉਹਦੀ ਨੌਕਰੀ ਵੀ ਖਤਰੇ ਚ। ਸ਼ਰਮ ਕਰੋ, ਸ਼ਰਮ ਹੁਣ ਛੱਤਰ ਮਾਰਨਗੇ ਲੋਕ, ਮੇਰੀ ਗੱਲ ਯਾਦ ਰੱਖੋ, ਛੱਤਰ ਮਾਰਨਗੇ ਲੋਕ ਸਾਨੂੰ, ਜੋ ਤੁਸੀਂ ਲੋਕਾਂ ਨਾਲ ਕਰ ਰਹੇ ਹੋ, ਇਹ ਬੁੱਚੜਪਣੇ ਜਿਹੜੇ ਤੁਸੀਂ ਉਤਰੇ ਹੋਏ ਹੋ। ਕਰਾ ਤਫਤੀਸ਼, ਤੜਕੀ ਬਣਾ ਸੈੱਟ, ਜੇ ਉਹ ਕੁੜੀ ਦੀ ਰੱਤੀ ਭਰ ਵੀ ਗਲਤੀ ਹੋਈ, ਆ ਡਾਂਗ ਸੋਟਾ ਲੈ ਗਈ, ਪਿਸਤੌਲ ਫਲਾਨਾ ਢਿਮਕਾ ਇਮਕਾ, ਇੱਕ ਰੱਤੀ ਭਰ ਵੀ ਗਲਤੀ ਹੋਈ, ਮੇਰੇ ਤੇ ਬਰਾਬਰ ਪਰਚਾ ਦੇ ਦੀ। ਤੂੰ ਤਾਂ ਸ਼ਰਮ ਲਾ, ਤੁਸੀਂ ਹੱਦ ਕਰਤੀ ਯਾਰ, ਤੁਸੀਂ ਐਡਾ ਧੱਕਾ। ਫਿਰ ਅਸੀਂ ਜੇ ਬੋਲਦੇ ਹਾਂ, ਤੁਹਾਨੂੰ ਤਾਂ ਚੁੱਭਦੇ ਹਾਂ ਕਿ ਤੁਸੀਂ ਬਿਨਾਂ ਗੱਲ ਆ ਯਾਰ, ਇਹ ਦਿਓ ਜਵਾਬ। ਲੈ ਜੇ ਮੈਂ ਗਲਤ ਕਰ ਰਿਹਾ, ਕਹਿ ਰਿਹਾ ਤੁਹਾਡੇ ਬਾਰੇ, ਤਾਂ ਤੜਕੇ ਬਠਿੰਡਾ ਪੁਲਿਸ ਮੇਰੇ ਤੇ ਪਰਚਾ ਦੇ ਦੇ ਵੀ ਤੂੰ ਗਲਤ ਲੋਕਾਂ ਨੂੰ ਦੱਸ ਰਿਹਾ। ਦੱਸੋ ਕਿ ਇਹ ਕਹਾਣੀ ਜਿਹੜੀ ਘੜੀ ਤੁਸੀਂ, ਇਹ ਤੁਸੀਂ ਤਾਂ ਮੁੰਡੇ ਕੀ ਬਖਸ਼ਣੇ ਪੰਜਾਬ ਦੇ, ਕੁੜੀਆਂ ਨੀ ਬਖਸ਼ੀਆਂ ਤੁਸੀਂ ਯਾਰ, ਕੁੜੀਆਂ ਦੇ ਉੱਤੇ ਪਰਚੇ ਦੇਣ ਲੱਗ ਗਏ। ਪੰਜਾਬ ਦੇ ਲੋਕੋ, ਜਲੰਧਰ ਦੇ ਲੋਕੋ, ਤੁਹਾਨੂੰ ਕਹਿਣਾ ਚਾਹੁੰਦਾ, ਜਲੰਧਰ ਦੇ ਲੋਕੋ, ਸਬਕ ਸਿਖਾਇਓ ਇਹਨੂੰ ਸਬਕ। ਮੈਂ ਉੱਥੇ ਕਿਸੇ ਦਾ ਹਮੇਤੀ ਨਹੀਂ, ਜਿਹਨੂੰ ਮਰਜ਼ੀ ਪਾ ਦਿਓ, ਪਰ ਇਹਨਾਂ ਨੂੰ ਸਬਕ ਸਿਖਾ ਦਿਓ। ਇਹ ਬਹੁਤ ਜ਼ਰੂਰੀ ਹੈ ਸਬਕ ਸਿਖਾਉਣਾ, ਜੋ ਇਹਨਾਂ ਦੇ ਦਿਮਾਗ ਨੂੰ ਸੱਤਾ ਦਾ ਗਰੂਰ ਹੋਇਆ ਨਾ, ਜੋ ਭੂਤ ਸਵਾਰ ਇਹਨਾਂ ਦੇ ਦਿਮਾਗ ਤੇ ਚੜਿਆ ਵੀ ਹਾਂ ਅਸੀਂ, ਸਾਡੇ ਵਰਗੀ ਦਾ ਸਰਕਾਰ ਨਹੀਂ ਕਦੇ ਆਈ। ਇਹ ਸੰਗਰੂਰ ਵੀ ਤੁਸੀਂ ਲਾਤਾ ਸੀਗਾ ਇਹਨਾਂ ਦਾ ਭੂਤ, ਉਦੋਂ ਵੀ ਬੜੀਆਂ ਥਾਪੀਆਂ ਮਾਰਦੇ, ਸਾਡਾ ਤਾਂ ਜੱਦੀ ਘਰ ਆਮ ਆਦਮੀ ਪਾਰਟੀ ਦਾ, ਇੱਥੋਂ ਦਾ ਸਾਡੇ ਮੁੱਖ ਮੰਤਰੀ ਦਾ ਘਰ ਹੈ ਜਿੱਥੋਂ MP ਬਣਿਆ, ਉੱਥੇ ਵੀ ਧੂੜ ਚਟਾਤੀ ਸੀ, ਜਲੰਧਰ ਵੀ ਧੂੜ ਚਟਾ ਦਿਓ। ਇਹਨਾਂ ਦੀਆਂ ਕਟਕਾਣੇ ਜਿਹੇ ਲਿਆਉਣੀਆਂ, ਜੇ ਉੱਥੋਂ ਜਿੱਤ ਕੇ ਹੰਕਾਰਨਗੇ, ਲੋਕਾਂ ਨਾਲ ਹੋਰ ਧੱਕੇਸ਼ਾਹੀ ਕਰਨਗੇ, ਆ ਜਾਤੀਆਂ ਕਰਨਗੇ, ਇਹ ਮੇਰੀ ਗੱਲ ਯਾਦ ਰੱਖਿਓ। ਆ ਕਹਿੰਦਾ ਬਾਈ ਆ ਬੰਦ ਕਰ ਲੈ ਗੱਡੀ, ਆਵਾਜ਼ ਬੂਝ ਪਤਾ ਨਹੀਂ ਕਾਹਦੀ ਵੱਜਦੀ ਆ, ਗੱਡੀ ਬਾਰੇ ਬੰਦ ਕਰ ਲਈ, ਬੰਦ ਕਰ ਲਾ, ਰੋਕ ਲਾ ਦੋ ਬੰਦ। ਇੱਕ ਬਾਈ ਲਿਖਦਾ 90 ਟਰੱਕ ਜਿਹਨਾਂ ਨੇ ਧੱਕਾ ਹੋਇਆ, ਉਹ ਬਾਈ ਧੱਕਾ ਹੋਈ 4 ਸਪੇਰੀ ਹੋ ਰਿਹਾ ਯਾਰ, ਜਿੱਥੇ ਵੀ 4 ਰੁਪਏ ਇਹਨਾਂ ਨੂੰ ਲੱਗਦਾ ਵੀ ਇੱਥੇ ਬਣਨਗੇ, ਉੱਥੇ 5-5 ਹਜ਼ਾਰ ਰੁਪਏ ਤਾਂ ਐਮ ਐਲ ਏ ਲਈ ਜਾਂਦੇ ਆ, ਤਹਿਸੀਲਦਾਰਾਂ ਨੇ ਹਿੱਸੇ ਬੰਨੀ ਬੈਠੇ ਆ, ਥਾਣੇਦਾਰਾਂ ਨੇ ਹਿੱਸੇ ਬੰਨੀ ਬੈਠੇ ਆ, ਇਹ ਤਾਂ ਬਾਹਲੇ ਹੇਠਾਂ ਥੱਲੇ ਨੂੰ ਆ ਗਏ। ਸੋ ਆ ਜਾਓ ਜਲੰਧਰ, ਹੁਣ ਸਮਾਂ ਨੇੜੇ ਆ, ਜਲੰਧਰ ਵਾਲਿਆਂ ਨੂੰ ਮੈਂ ਫੇਰ ਕਹਿਣਾ, ਇਹਨਾਂ ਨੂੰ ਨਾਨੀ ਚੇਤੇ ਕਰਾ ਦਿਓ,
मैं करतूत ताजा करतूतों ने दस रहा कि कर रहे हैं। यह मैं बठिंडे जिले ही दसी आ, वैसे सारे पंजाब यह जहाँ कुछ चलिया फिरदा। मैं फिर कहना भवंसिया, लोगों ने तेन सिर का ताज बनाया, अख का तारा बनाया, तेन बड़ा माण बख्शिया। पहला भी कलाकार होंगे भी फिर माण बख्शिया तेन मुख्यमंत्री। सब तो घट समय के दस साल के अंदर मेरा तेरा समा होना है सियासत का, दस साल के तेन पंजाब का राजा बनाता लोगों ने, और राजा बनाता क्यों लोगों के नाल एडा तू कि बैर कड़ना की माड़ा करता यार इन्ह लोगों ने तेरा। इन्हों ने हुब हुब के सू वोटा पाई यार। आ बेचारी दरोगे कुड़िया, बेचारे जिन्ने मुलाजम, सब तो मुलाजम इस गल से जोर लगे ऐतकी आम आदमी पार्टी लियानी, आम जो वे वे वादे करते टैंकिया बैठिया कुड़िया नाल मुंडिया नाल साड़ी सड़कों से बैठा भी आ जाओ आ जा भैने केजरीवाल भी उतो आया ड्रामा कर दिलों, आ जा भैने तू मेरी भैन है थले उतरिया नौकरी देवे वह अज थोड़ी भैन अज भी टैंकी बैठी है। सब खत्म हो जाएगा, सदा नहीं इतने कोई बैठ रहा, सदा नहीं बैठ रहा। बथेरिया तेरे वाली कुर्सियां बादलों ने चमदियां चला के गए, कांग्रसी भी चमदियां चला चला गए, कि चलाएगा होर। माड़ा मोटा तो जमीर जो अंदरों जागती है, माड़ा मोटा तो हलूना मारे उन्हें तो पुछ ला यार भी थले तेरे एम एल ए की कुछ करी जाते, की गंद पा रखे यार। सो मैं इस गल लई मैं कहना जिहड़ा धक्का होया कुड़ी दे नाल, मुकदमा दर्ज होया दरोगा कुड़ी दे उत्ते, इस दे लई समुचे पंजाब नूं आवाज बुलंद करनी चाहिए, लानतां पाउणियां चाहीदियां इन्हां नूं अखौती इनकलाबियां नूं, ते इन्हां नूं सबक सिखाउणा चाहिए। जलंधर चोण दे विच ते गां 24 भी आउंदी आ, उह भी तैयारी आ, कोई गल नहीं, उह भी लोक तुहानूं मुठियां थुक्की बैठे आ, दिखाउणगे पंजी दा भौण। मैं जिन्ने आह बुद्धिजीवी लोग ने जिहड़े हर थां ते बोलदे ने, हर गल दे विच इक अपना समझदे आ कि असीं इहदी प्रतिक्रिया देनी देनी, मैं देखदा कि एडे वड्डे धक्के दे खिलाफ बोलणगे कोई आवाज उठाऊगा। यह आवाज उठाओ ते मैं आने वाले दिनों दे विच होर भी कहना चाहुंदा, विसाखी तों बाद तैयारी रखो, मौल हल्के दे लोकां नूं भी, आले दुआले नूं भी, जे नहीं यह मुकदमा दर्ज रद्द हुंदा तां फिर जे थाने दा घराओ करना कि सड़क ते उतरना उतरना पिया, तो तैयारी रखो। ये भी इन्हों सबक सिखा पैना, नहीं मूँह पऊगा। अज एक बेचारी दरोगा कुड़ी दे परचा दिता, कल नूं होर कुड़ियां भी तुसीं देखोगे, होर मुंडे भी देखोगे। ये चाहुंदे आ हर एक दी आवाज़ दबना, पर पता नहीं किहड़े भुलेखे तुरे फिरदे, कंध ते लिखे वाले पढ़े नहीं इन्होंने कि जिन्ना दबाउण दी कोशिश करदे उन्ने स्प्रिंग नूं मत्थे च वजदे आ। सो पंजाब दे लोको, इह बहुत वड्डा धक्का यार होया अज जिले बठिंडे दे अंदर, इक्को ही हल्के दे अंदर। मैं फिर वार वार कहना डीएसपी मौड़ नूं, मैं कई बार फोन करके कहा, मैं डीएसपी साहब भी चंगीआं ने गल्लां, यह धक्का माड़ा है, सोडी दा वध तों वध बदली कर सकदे आ। एसएसपी नूं इक आईपीएस अफसर है, उन्हूं एमएलए की कर सकदा, वध तों वध बदली लई सिफारिश कर सकदा। बठिंडे नहीं बरनाले लग जाओगे, बरनाले नहीं जलंधर हो जाओगे, जलंधर नहीं किसी होर पासे होर किसी विभाग च ला देणगे, किसी होर पासे तोर देणगे, किसी होर दफ्तर जाके बह जाओगे। जमीर तां ना मारो यार, एडी तां इह तां फिर परमात्मा भी नहीं बख्शना कदे, जिहड़े थोड़े हालात आ। एडा धक्का यार, छरेआम चाह के कुड़ी दे परचा रेता दस। सो आओ इन्हां इन्हां दीआं जिहड़ीआं धक्केशाहीआं दा खुल के विरोध करके, डट के विरोध करके, दबिया ना करो, झपया ना करो, आवाज बुलंद करो। पंजाब ना करे दबिया ना दबूगा। वाहिगुरू जी खालसा, वाहिगुरू जी की।